मेरे आने दे तुहानू तां पता ही है किहड़े स्कूल हुंदे सी। सिखां दे बच्चे डेरियां च पढ़दे सी, ब्राह्मणां दे मंदरां च, मुसलमानां दे मस्जिद विच। एडे वड्डे साडे महान विद्वान मारतंड ज्ञानी गुरबचन सिंह जी खालसा, ਉਹ ਵੀ ਮੁੱਲਾ ਬਰੀ ਕੋ ਦਾਸੀ ਸਾਧੂ ਤੋਂ ਪੜ੍ਹੇ ਐ ਅੱਜ ਕੇ ਅਖੋਸਾ। ਪਹਿਲੀ ਵਿਦਿਆ ਉਹਨਾਂ ਨੇ ਮੁੱਲਾ ਪਰ ਲਈ ਹੈ, ਕਿਉਂਕਿ ਮੁੱਲਾ ਪਰ ਦੇ ਨੇੜੇ ਪਿੰਡ ਹੈ, ਰਹਿੰਦਾ ਖੜਾ। ਉਦਾਸੀ ਸਾਧੂ ਸੀ ਜੀ ਤੋਂ ਵਿਦਿਆ ਲਈ ਹੈ। ਸਾਧੂ ਸੰਤੋਂ ਬਿਨਾਂ ਹੁੰਦੀ ਨੀ ਸੀ ਵਿਦਿਆ, ਤੇ ਹੈ ਹੁਣ ਵੀ ਨੀ। ਕੋਈ ਗੁੱਸਾ ਨਾ ਕਰਿਓ, ਹੁਣ ਜਿਹੜੀ ਮਹਾਂਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਵਿਦਿਆ ਹੈ ਨਾ, ਉਹ ਵਿਦਿਆ ਨਿੰਦਿਆ ਹੈ ਅੱਜ ਕੇ ਅਖੋਸਾ। ਉਹ ਵਿਦਿਆ ਵਿੱਚ ਵਿਰੋਧ ਹੈ, ਵੈਰ ਭਾਵ ਹੈ, ਲੜਾਈ ਝਗੜਾ ਹੀ ਪਿਆ। ਬਸ ਇੱਕ ਦੂਏ ਨੂੰ ਮਾੜਾ ਕਹਿਣਾ, ਤੇ ਸਾਨੂੰ ਬਸ ਜੇ ਕਿਸੇ ਸਾਧੂ ਦੀ ਸੰਗਤ ਹੋਵੇਗੀ, ਇਹ ਵੈਰ ਭਾਵ ਮਿਟ ਜਾਂਦੇ ਨੇ। ਇਸੇ ਕਰਕੇ ਉਹਨਾਂ ਦੀ ਕਥਾ ਸੰਸਾਰ ਵਿੱਚ ਮੰਨੀ ਗਈ। ਮੈਂ ਤਾਂ ਉਹਨਾਂ ਦੀ ਬਰਸੀ ਤੇ ਵੀ ਮੈਨੂੰ ਬੁਲਾ ਲੈਂਦੇ ਹਾਂ, ਪੁਰਾਣੇ ਹੁਣ ਨਹੀਂ। ਮੈਂ ਬਰਸੀ ਤੇ ਟੇਪ ਵੀ ਭਰੀ ਹੈ ਕਿ ਕਥਾ ਵਾਚਕ ਪਿੰਡ ਨਾਲੇ ਸਭ ਸਤਿਕਾਰ ਯੋਗ ਨੇ। ਇੱਥੇ ਵੀ ਬਹੁਤ ਆਉਂਦੇ ਤੁਹਾਡੇ ਕੋਲ ਨੌ ਪਿੰਡਰਾਂ ਦਾ, ਪਰ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਉਹ ਆਪਣੀ ਕਥਾ ਆਪਣੇ ਨਾਲੇ ਲੈ ਗਏ ਅੱਜ ਕੇ ਅਖੋਸਾ। ਉਹ ਨਹੀਂ ਦੁਬਾਰਾ ਮੇਰੇ ਤਾਂ ਭਾਗ ਚੰਗੇ ਸੀ, ਮੈਂ ਤੁਹਾਡੇ ਵਾਂਗੂ ਬੈਠ ਕੇ ਕਥਾ ਸੁਣੀ ਉਹਨਾਂ ਦੀ, ਮੇਰੇ ਕਰਮ ਚੰਗੇ ਸੀ। ਸਾਡੇ ਪਿੰਡ ਦੇ ਨੇੜੇ 2 ਮਹੀਨੇ ਰਹਿੰਦੇ ਹੁੰਦੇ ਸੀ, 2 ਮਹੀਨੇ ਜ਼ਿੰਦਗੀ 'ਚ ਉੱਥੇ ਡਾਬਾ ਸਾਹਿਬ ਤੁਹਾਡੇ ਵਾਂਗ ਬੈਠ ਉਹਨਾਂ ਦੀ ਕਥਾ ਬਸ ਨਾਲੇ ਲੈ ਗਏ। ਜਿਵੇਂ ਬਾਬਾ ਨੰਦ ਸਿੰਘ ਜੀ ਦੀ ਕਰਨੀ ਸਭ ਪੂਜਣ ਯੋਗ, ਬਾਬਾ ਈਸ਼ਰ ਸਿੰਘ ਜੀ ਦੀ ਕਰਨੀ ਪੂਜਣ ਯੋਗ ਹੈ, ਪਰ ਪਿੱਛੋਂ ਤਾਂ ਕੋਈ ਵਿਰਲਾ ਹੀ ਮਿਲਿਆ। ਕੀਰਤਨ ਕਰਨ ਵਾਲੇ ਰਾੜਾ ਸਾਹਿਬ ਥੋੜੇ, ਕੋਈ ਦੁੱਖ ਨਾ ਮਨਾਇਓ, ਮੇਰੀ ਝਟਕਾ ਜੀ ਬੋਲੀ ਹੈ, ਸਿੱਧੀ ਬੋਲ ਜਾਂਦੇ ਮੈਂ। ਜਿਹੜਾ ਕਦੇ ਰਾੜੇ ਜੀ ਨੇ ਜਾ ਕੇ ਮੱਥਾ ਵੀ ਨਹੀਂ ਟੇਕਿਆ ਨਾ, ਉਹ ਵੀ ਕਨੇਡਾ ਆ ਕੇ ਆਪਣੇ ਆਪ ਨੂੰ ਰਾੜੇ ਸਾਹਿਬ ਵਾਲਾ ਕਹਿੰਦਾ ਹੈ। ਅੱਜ ਕੇ ਹੋ ਸਕਦਾ ਮੈਂ ਰਾੜੇ ਸਾਹਿਬ ਤੋਂ ਆਇਆ, ਇੱਕ ਦਿਨ ਰਿਹਾ ਨੀ, ਇੱਕ ਦਿਨ ਟਕਸਾਲ ਵਿੱਚ ਨੀ ਕੋਈ ਰਿਹਾ, ਤੇ ਇੱਥੇ ਆ ਕੇ ਕਹਿਣਗੇ ਅਸੀਂ ਭਿੰਡਾਂ ਦੇ ਚਰਨਾਂ 'ਚ ਵੜੇ ਪਏ। ਇੱਕ ਦਿਨ ਸੇਵਾ ਨਹੀਂ ਕੀਤੀ, ਉੱਥੇ ਰਹਿਣਾ ਕਿਤੇ ਸਿਖਾਲਾ ਸੀ। ਉਹ ਤਾਂ ਖਿੱਚ ਦਿੰਦੇ ਤੇ ਭੱਠੇ ਦੀ ਇੱਟ ਵਾਂਗ ਪਕਾ ਦਿੰਦੇ ਸੀ ਮਹਾਂਪੁਰਸ਼। ਉਹ ਰਾੜੇ ਸਾਹਿਬ ਵਾਲਿਆਂ ਦਾ ਕੀਰਤਨ ਨਾਲੇ ਲੈ ਕੇ ਕਿੱਥੇ ਲੱਭੋਗੇ ਹੁਣ ਤੁਸੀਂ? ਕੋਈ ਸਮਾਂ ਹੁੰਦਾ ਕਿਸੇ ਮਹਾਂਪੁਰਸ਼ ਤੋਂ ਫਾਇਦਾ ਲੈ ਲਿਆ ਕਰੋ, ਉਹ ਨਹੀਂ ਮਿਲਣਾ ਹੁਣ ਕੀਰਤਨ ਨਾਲੇ ਲੈ। ਮੇਰੇ ਆਣਦਿਆਂ ਨੂੰ ਸ਼ਾਇਦ ਕਿਸੇ ਨੂੰ ਪਤਾ ਹੋਵੇ, ਇੱਕ ਉਹਨਾਂ ਦੇ ਨਾਲ ਉਦਾਸੀ ਸਾਧੂ ਹੁੰਦੇ ਸੀ, ਹਰੀ ਕਮਲ ਜੀ। ਹਰੀ ਕਮਲ ਟੋਪੀ ਰੱਖਦੇ ਸੀ, ਮਹਾਨ ਵਿਦਵਾਨ ਸੀ, ਸੰਤ ਆਪ ਤੋਂ ਪਹਿਲਾਂ ਟਾਈਮ ਦਿੰਦੇ ਹੁੰਦੇ ਸੀ, ਉਹਨੂੰ ਬੜਾ ਸਤਿਕਾਰ, ਵਿਦਿਆ ਦਾ ਸਤਿਕਾਰ ਕਰਦੇ ਸੀ, ਤੇ ਇੰਨਾ ਹਾਸ ਰਸ ਸੀ ਨਾ ਉਹਦੇ ਵਿੱਚ ਕਿ ਸਟੇਜ ਤੇ ਬੈਠੇ ਬੜੇ ਸੰਤਾਂ ਨੂੰ ਵੀ ਹਸਾ ਦਿੰਦਾ ਸੀ। ਬੜੇ ਮਹਾਰਾਜ ਹਾਸ ਰਸ ਇੱਕ ਗੁਣ ਹੈ, 10 ਰਸਾਂ 9 ਵਿੱਚੋਂ ਇੱਕ ਰਸ ਹੈ। ਤਾਂ ਪ੍ਰੇਮੀਓ, ਬਰਸੀ ਤੇ ਮੈਂ ਵੀ ਜਾਂਦਾ ਰਿਹਾ ਰਾੜੇ ਸਾਹਿਬ, ਮੈਂ ਵੀ ਗਿਆ ਸੀ ਤੇ ਉਹ ਵੀ ਆਏ ਸੀ, ਇਕੱਠ ਬਹੁਤ ਕਿਤੇ ਥੋੜਾ ਇਕੱਠ ਹੁੰਦਾ। ਬਾਬਾ ਈਸ਼ਰ ਸਿੰਘ ਮਹਾਰਾਜ ਦੀ ਬਰਸੀ ਹੋਵੇ ਕਿਤੇ ਰਾਗੀਆਂ ਨੂੰ ਗਿਣ ਸਕੋਗੇ ਤੁਸੀਂ ਕਿੰਨੇ ਉੱਥੇ? ਅਣਗਿਣਤ ਉਹਨਾਂ ਦੀ ਮੈਂ ਵੀ ਪਾਰ, ਬਹੁਤ ਰਾਗੀ 5-5 ਮਿੰਟ ਮਿਲਦੇ ਉੱਥੇ ਸਭ ਨੂੰ, ਤੇ ਗੁਰਸਿੰਘ ਪਿਆਰੇ ਹੋ ਉਹਨੂੰ ਸਮਾਂ ਖੁੱਲਾ ਮਿਲਦਾ ਸੀ। ਉਹ ਕੀਰਤਨ ਕਰਨ ਲੱਗੇ, ਹਰੀ ਕਮਲ ਕਥਾ ਕਰਦਾ ਸੀ, ਧਾਰਨਾ ਵੀ ਪੜ੍ਹਦਾ ਸੀ, ਹਿੰਦੀ ਬੋਲਦਾ ਸੀ। ਕਹਿੰਦਾ ਅਰੇ ਭਾਈ ਉਹ ਇੱਕ ਬਾਤ ਬਤਾਊ, ਕਹਿੰਦਾ ਇੱਕ ਬੁੜੀਆ ਆਪਣੇ ਬੱਚੇ ਕੋ ਮੇਲੇ ਮੇ ਲੈ ਗਈ, ਮੇਲਾ ਦੇਖੋ, ਉਹ ਬੱਚਾ ਬੋਲਾ ਮੁਝੇ ਰਿਉੜੀ ਲੈ ਕੇ ਦੋ ਜਿਹੜੀਆਂ ਤੁਸੀਂ ਚੱਬਦੇ ਹੋ ਤੇ ਲਾਲੀਆਂ ਲੋੜੀ ਨੂੰ। ਉਹ ਮਾਤਾ ਨੇ 2 ਪੈਸੇ ਦਿੱਤੇ ਹਲਵਾਈ ਨੂੰ, ਅਖੇ ਦੇ ਦੇ ਰਿਉੜੀਆਂ, ਉਹਨੇ ਜਿੰਨੀਆਂ ਕਹਾਉਂਦੀਆਂ ਸੀ ਦੇ ਦਿੱਤੀਆਂ। ਸਾਡੀਆਂ ਮਾਵਾਂ ਦਾ ਸੁਭਾਅ ਹੁੰਦਾ ਕਹਿੰਦੀ ਥੋੜੀਆਂ ਹੋਰ ਦੇ, ਉਹਨੇ 2 ਹੋਰ ਦੇ ਦਿੱਤੀਆਂ। ਉਹ ਮਾਈ ਕਹਿੰਦੀ ਅਜੇ ਵੀ ਥੋੜੀਆਂ ਹੋਰ ਦੇ,
ਕਹਿੰਦਾ ਹੋਰ ਨਹੀਂ ਦੇਣੀਆਂ ਲੈਣੀਆਂ ਲੈ ਨਹੀਂ ਤੇਰੀ ਵਰਦੀ। ਉਹ ਮਾਈ ਨੇ ਪਤਾ ਗਾਂ ਤੋਂ ਕੀ ਕਿਹਾ, ਉਹ ਕਹਿੰਦੀ ਗੁੱਸਾ ਕਿਉਂ ਕਰਦਾ ਹੈ, ਤਿਲ ਵੀ ਮੇਰੇ ਘਰ ਹੈਗੇ, ਗੁੜ ਵੀ ਹੈਗਾ, ਇਹ ਮੈਂ ਘਰੇ ਬਣਾ ਕੇ ਖੜਾ ਦੂੰਗੀ, ਦੋ ਮਿੰਟ ਮੁੰਡਾ ਰੋ ਲੂਗਾ ਤਾਂ ਕੀ ਹੋ ਗਿਆ, ਤੈਂ ਕਿਹੜੇ ਚ ਨਵੀਂ ਚੀਜ਼ ਪਾਈ ਹੈ ਕੋਈ, ਤਿਲ ਸਾਡੇ ਹੈਗੇ ਜੱਟਾਂ ਦੇ, ਗੁੜ ਵੀ ਹੁੰਦਾ ਆਪਣੇ। ਉਹ ਹਲਵਾਈ ਦੀ ਗੱਲ ਸੁਣੋ ਹੁਣ, ਹਲਵਾਈ ਕਹਿੰਦਾ ਮਾਤਾ ਜੀ ਗੁੜ ਵੀ ਤੇਰੇ ਕੋਲ ਹੈਗਾ, ਤਿਲ ਵੀ ਹੈਗੇ, ਤੂੰ ਵਡਾ ਵੀ ਲਵੇਂਗੀ, ਪਰ ਜਿਹੜਾ ਦੰਦਾਂ ਦੇ ਹੇਠ ਮੇਰੀ ਰੋੜੀ ਵਿੱਚ ਕੜਾਕਾ ਹੈ ਨਾ, ਉਹ ਨੀ ਤੇ ਤੋਂ ਪੈਣਾ। ਕੁਛ ਸਦਨਾ ਜਿਹੜੀਆਂ ਜਾੜਾ ਹੈ ਤੇ ਕੜਕ ਕਰਕੇ ਫੁੱਟਦੀ ਹੈ ਨਾ, ਉਹ ਕੜਾਕਾ ਨੀ ਪੈਣਾ। ਹਰੀ ਕਮਲ ਜੀ ਕਹਿੰਦੇ ਚਿਮਟੇ ਢੋਲੀਆਂ ਬਥੇਰੇ ਕੁੱਟਦੇ ਫਿਰਦੇ ਨੇ ਰਾੜੇ ਵਾਲੇ, ਪਰ ਗੁਰੂ ਮਹਾਰਾਜ ਬਾਬਾ ਈਸ਼ਰ ਸਿੰਘ ਵਾਲਾ ਕੜਾਕਾ ਨਹੀਂ ਰਿਹਾ। ਰਾਜ ਕੇ ਆਖੋ ਸਨ।